ਕਰ ਲਓ ਯਾਰ ਵੀਡੀਓ ਛੱਡ ਕੇ ਦੇ ਭਾਵੇਂ ਛੱਡ ਦੋ 4 ਮਿੰਟ ਦੀ ਹੋ ਜਾਣੀ ਇਹਨੂੰ ਆਪਾਂ ਅਪਲੋਡ ਕਰ ਦੇਣਾ ਉਹੀ ਤੂੰ ਜਾ ਕੇ ਜਿੱਥੇ ਬੈਠੇ ਆ ਤੇ ਬਣਾ ਲਿਆ ਇਹਨਾਂ ਦੀ ਬਣਾ ਲਿਆ ਚਾਰ ਕਲਿੱਪ ਮੁਕਤ ਮੈਂ ਅੱਜ ਸੋਲਰ ਪੈਨਲ ਦੇ ਵਿੱਚ ਚਾਰ ਕਲਿੱਪ ਦਿੱਤੀ ਸੋਲਰ ਉਹ ਮੇਰੇ ਕੋਲ ਜਿਹੜਾ ਪੋਲਾ ਨੇ ਸਿਰ ਕੋਈ ਨੂੰ ਪਾਣੀ ਕੀ ਲੱਗਾ ਮਾਂ ਨੂੰ ਸੋਲਰ ਦਾ ਨਾਮ ਰੱਖਿਆ ਸੋਲਰ ਟੈਕਨੋਲੋਜੀ ਇਨਫੋਰਮੇਸ਼ਨ ਚਾਰਤੀ ਉਹਦੀ ਅਸੀਂ ਕੀ ਕਰਦੇ ਆ ਵੀਡੀਓ ਚੜਨ ਵਾਸਤੇ ਇਸ ਤਰ੍ਹਾਂ ਕਰਕੇ ਚੜਾਉਂਦੇ ਜਿੱਦਾਂ ਮਰਜ਼ੀ ਕਰ ਲਓ ਜਿੱਦਾਂ ਮਰਜ਼ੀ ਕਰ ਲਓ YouTube ਨਹੀਂ ਇਹਨੂੰ ਮੰਨਦਾ ਅੱਛਾ YouTube ਸਿਰਫ ਮੰਨਦਾ ਇਸ਼ਤਿਹਾਰ ਨੂੰ ਇਸ਼ਤਿਹਾਰ ਕਿੰਨੇ ਚੱਲੇ ਮੇਰੇ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦਾ ਕਿ ਬਸ ਇੱਕ ਆ ਕੇ ਉਹ ਨਾ ਵੀਡੀਓ ਹੋਵੇ ਗੰਦੀ ਵੀਡੀਓ ਨਾ ਹੋਵੇ ਨਾ ਗੰਦੀ ਚਾਣਨੀ ਨਹੀਂ ਆ ਉਹ ਹੀ ਨਾ ਉਹ ਉਹਨੇ ਚਾਣਨੀ ਨਹੀਂ ਕੀਤਾ ਚਾੜੀ ਦੀ ਨਾ ਮੇਰਾ ਚੈਨਲ ਉਡਾ ਦੇਣਾ ਫਾਰੀ ਅਸੀਂ ਤਾਂ ਬਹੁਤ ਮੁਹਤਾਤ ਰਹੇ ਨੇ ਤੁਸੀਂ ਦੇਖਿਆ ਮੇਰੀ ਵੀਡੀਓ ਹਾਂਜੀ ਮੈਂ ਬੜੀ ਮੁਹਤਾਤ ਹੋ ਕੇ ਚੜਾਉਂਦਾ ਨਹੀਂ ਤਾਂ ਮੇਰਾ 2016 ਦਾ ਮੇਰਾ ਬਣੇ ਹੈ ਹਾਂਜੀ ਅੱਜ ਤੱਕ ਅੱਲਾ ਤੁਸੀਂ ਕੋ ਚੱਲੀ ਜਾਣ ਦੇ ਉਹਨੇ ਐਡਸਨ ਆਪੇ ਪ੍ਰੂਵ ਕੀਤਾ ਹੀ ਮੈਂ ਲੈ ਆਪਸ਼ਨ ਸੀ ਕੀਤਾ ਐਡਸਨ ਨੇ ਸਿਰਫ ਪਹਿਲਾ ਐਡਸਨ ਹੀ ਸਟਾਰਟ ਕੀਤਾ ਦੂਜਾ ਐਡਸਨ ਵਿੱਚ ਆ ਰਹੀ ਮੈਂ ਕੋਈ ਟੈਨਸ਼ਨ ਨਹੀਂ ਕੀ ਆ ਰਹੀ ਆਵਾਜ਼ ਕੋਈ ਗੱਲ ਨਹੀਂ ਅਸੀਂ ਤਾਂ ਚਾਹੀਦੀ ਹੈ ਆਪਾਂ ਕੰਟੈਂਟ ਬਣ ਜਾਣਾ ਇਹੀ ਤਾਂ ਚਾਹੀਦੀ ਹੈ ਉਹ ਕਹਿੰਦੇ ਪਹਿਲਾ ਐਡਸਨ ਮੈਂ ਪਹਿਲਾ ਆਪਸ਼ਨ ਓਕੇ ਕੀਤਾ ਵਾ ਦੂਜਾ ਆਪੇ ਡਨ ਹੋ ਗਿਆ ਐਡਸਨ ਦਾ ਮੇਰਾ ਹਾਂਜੀ ਪਹਿਲਾ ਆਪਸ਼ਨ ਐਡਸਨ ਲੱਗਾ ਸੀ ਮੇਰੇ ਕੋਲ ਇਹਦਾ ਆਪਣਾ ਹੀ ਆਪਣੇ ਉਹਦੇ ਅਪਲਾਈ ਕੀਤਾ ਐਡਸਨ ਆਪਣੇ ਓਕੇ ਉਸੇ ਡਨ ਹੋ ਗਿਆ ਇਹਦੇ ਹੋਣਾ ਨਹੀਂ ਇੰਨਾ ਪੁਰਾਣਾ ਮੈਂ ਨਹੀਂ ਸਿੱਧਾ ਕੀਤਾ ਮੈਂ 12 ਘੰਟੇ ਤੇ ਪ੍ਰੂਵ ਨਹੀਂ ਸੀ ਆਇਆ ਉਦੋਂ नहीं मैं जिदन हटिया ना मैं उदन ही पासवर्ड चेंज करता अपना ईमेल मैं कोई चबड़ा मार ਇਹ ਲੋਗਿਨ ਦੀ ਹੈ ਸਾਡੇ ਕੰਮ 'ਚ ਲੋਗਿਨ ਹੁੰਦਾ ਲੋਗਿਨ ਬਸ ਉਹਦੇ 'ਚ ਅਪਲਾਈ ਕਰਨਾ ਹੋਵੇ ਉਹ ਵੀ ਮੈਂ ਤਾਂ ਇਸੇ ਲਿਖਿਆ ਮੈਂ ਕਿਹਾ ਵੀ ਮੇਰੇ ਕੋਲ ਹੋਇਆ ਨਹੀਂ ਲੋਗਿਨ ਮੈਂ ਤੁਹਾਡੇ ਕੋਲ ਆਪ ਹੀ ਕਰ ਦਿੰਦਾ ਮੈਂ ਰਿਸਕ ਨਹੀਂ ਲੈਂਦਾ ਕਿਸੇ ਕੋਈ ਅੱਜ ਕੱਲ੍ਹ ਮੈਂ ਨਾ ਕਿ ਇੱਕ ਦਫ਼ਾ ਧੋਖਾ ਹੋ ਰਿਹਾ ਉਹ ਇਸ ਤਰ੍ਹਾਂ ਕਿ ਮੈਂ ਨਾ ਇੱਕ ਬੰਦੇ ਕੋਲ ਬਣਵਾਈ ਵੈਬਸਾਈਟ ਬਣਵਾਈ ਇਸ ਤਰ੍ਹਾਂ ਕਿ ਕਰਾਚੀ ਦਾ ਇੱਕ ਬੰਦਾ ਸੀ ਮੇਰਾ ਫੇਸਬੁੱਕ ਦਾ ਦੋਸਤ ਬਣ ਗਿਆ ਅਤੇ ਉਹਨੇ ਲਿਖਿਆ ਜੀ ਕਿ ਅਸੀਂ ਵੈਬਸਾਈਟ ਬਣਾਉਂਦੇ ਮੈਂ ਕਿਹਾ ਯਾਰ ਮੈਨੂੰ ਬਣਾ ਦੇ ਉਹਨੇ ਕਿਹਾ ਜੀ ਬਣਵਾ ਲਓ ਮੈਂ ਉਹਨੂੰ ਨਾ ਪੁੱਛਿਆ ਵੀ ਕਿੰਨੇ 'ਚ ਬਣਾ ਕੇ ਦੇਗਾ ਹੈਂ ਕੀ ਉਹ ਮੈਂ ਤੁਹਾਨੂੰ ਦੱਸਦਾ ਉਹਨੇ ਵੈਬਸਾਈਟ ਬਣਵਾ ਦਿੱਤੀ ਵੈਬਸਾਈਟ ਬਣਾ ਕੇ ਨਾ ਮੈਨੂੰ ਉਹਨੂੰ 5,000 ਮੰਗਿਆ ਕਿ 8,000 ਮੰਗਿਆ ਮੈਂ ਉਹਨੂੰ ਭੇਜਤਾ ਬਾਈ ਉਹ ਜੈਸ ਕੈਸ਼ ਕਰਾਤਾ ਅੱਛਾ 3 ਸਾਲ ਨਾ ਮੈਂ ਉਹ ਵੈਬਸਾਈਟ ਚਲਾਉਂਦਾ ਰਿਹਾ ਮੈਂ ਇਸ ਤਰ੍ਹਾਂ ਆਪਣੀ ਖਬਰਾਂ ਦੇ ਕਲਿੱਪ ਬਣਾਉਣੇ ਆਪਣੀ ਖਬਰਾਂ ਬਣਾਉਣੀਆਂ ਉੱਥੇ ਚੜਾ ਲੈਣੀ ਮੈਂ 3 ਸਾਲ ਉੱਥੇ ਇਹੀ ਕੰਮ ਕਰਦਾ ਮੇਰੇ ਉੱਤੇ ਵਿਊ ਹੋ ਗਿਆ ਤਕਰੀਬਨ 1.5 ਲੱਖ ਤੋਂ ਅੱਛਾ ਜਦੋਂ 1.5 ਲੱਖ ਤੋਂ ਉੱਪਰ ਹੋਏ ਨਾ ਤਾਂ ਮੈਨੂੰ ਇਹ ਆਇਆ ਉਦੋਂ ਗੂਗਲ ਵੱਲੋਂ ਮੈਸੇਜ ਜਿੱਦਾਂ ਯੂਟਿਊਬ ਦਾ ਮੈਸੇਜ ਆਇਆ ਕਿ ਜੇ ਤੁਸੀਂ ਐਡਸਨ ਜਿਹੜਾ ਨਾ ਤੁਹਾਡਾ ਅਪਰੂਵ ਹੋ ਗਿਆ ਵਾ ਤਾਂ ਤੁਸੀਂ ਓਕੇ ਕਰੋ ਮੈਨੂੰ ਇਹ ਕਿਉਂਕਿ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਮੈਂ ਉਹ ਮੈਸੇਜ ਉਹਨੂੰ ਕੀਤਾ ਦਾਣੂ ਮੈਂ ਕਿਹਾ ਯਾਰ ਇੱਕ ਮੈਸੇਜ ਆਇਆ ਦੇਖ ਇਹਦੇ 'ਚ ਕੀ ਕਰਨਾ ਇਹ ਕਰ ਦੇ ਉਹਨੇ ਕਿਹਾ ਜੀ ਇਹ ਤੁਹਾਡੇ ਨਾ ਇਸ਼ਤਿਹਾਰ ਮਨਜ਼ੂਰ ਹੋ ਗਏ ਆ ਗੂਗਲ ਦੇ ਅਤੇ ਤੁਹਾਡਾ ਚੈਨਲ ਜਿਹੜਾ ਮੋਨੀਟਾਈਜ਼ ਹੋ ਗਿਆ ਹੁਣ ਤਾਂ ਤੁਹਾਨੂੰ ਜਿਹੜਾ ਨਾ ਉਹ ਪੈਸੇ ਆਉਣੇ ਸ਼ੁਰੂ ਹੋਏ ਪੈਸੇ ਹੀ ਸ਼ੁਰੂ ਹੁੰਦੇ ਹੀ ਠੀਕ ਹੋ ਗਏ ਵੈਬਸਾਈਟ ਦਾ ਰੇਟ ਬੜਾ ਵੱਧ ਜਾਂਦਾ ਅੱਛਾ ਉਹਨੇ ਨਾ ਮੈਨੂੰ ਮਸਲਨ ਦਸੰਬਰ 'ਚ ਮੇਰੇ ਉਹ ਮੈਨੂੰ ਓਕੇ ਹੋਇਆ ਅਤੇ ਮਾਰਚ 'ਚ ਨਾ ਮੈਂ ਉਹਦੀ ਫੀਸ ਅਦਾ ਕਰਦਾ ਹੁੰਦਾ ਡੋਮੇਨ ਦੀ ਉਹਨੇ ਨਾ ਮੈਨੂੰ ਜਨਵਰੀ 'ਚ ਫੋਨ ਕਰਤਾ ਮੀਆਂ ਸਾਹਿਬ ਤੁਹਾਡਾ ਨਾ ਡੋਮੇਨ ਦੇ ਪੈਸੇ ਭੇਜੋ ਮੈਂ ਕਿਹਾ ਯਾਰ ਅੱਗੇ ਮਾਰਚ 'ਚ ਖਤਮ ਹੁੰਦੇ ਆ ਅਤੇ ਤੂੰ ਤਾਂ ਮੈਨੂੰ